बटाला नजदीक इनोवा कार अते एक्टिवा विचकार हुई जबरदस्त टक्कर। एक्टिवा सवार मां ती दे विचो मां दी हुई दर्दनाक मौत। अमृतसर बटाला नेशनल हाईवे ते वापरिया वड्डा हादसा। अमृतसर पठानकोट नेशनल हाईवे ते बटाला नजदीक जैनतेपुर पुलिस चौकी दे सामने देर शाम एक दर्दनाक सड़क हादसा वापर गया। बटाला दी रहण वाली मां अते ती जो कि अमृतसर तो अपनी एक्टिवा ते सवार होके बटाला वापस आ रही सन कि अचानक बटाला दे नजदीक ही मैरिज पैलेस चो निकली तेज रफ्तार इनोवा कार नाल जबरदस्त टक्कर हो गई। इस सड़क हादसे दे विच मां कुलविंदर और दी मौके ते ही मौत हो गई, जबकि ती नू इस हादसे च कोई गंभीर सट नहीं लगी। इस हादसे नू अंजाम देन वाली इनोवा गड्डी मौके तो फरार हो गई। पुलिस दे वल्लो सीसीटीवी फुटेज खंगाली जा रही है, जबकि मामला दर्ज किया गया अते मृतक दा पोस्टमार्टम सिविल हस्पताल बटाला च करवाया जा रहा। उत्थे ही मृतक औरत दे पति दी पहला ही मौत हो चुकी है अते अपने घर परिवार खर्च चलाउण लई घर च कमाउण वाले इकल्ले कुलविंदर कौर ही सी अते ओह कई सालां तो एक निजी स्कूल च नौकरी करदी सी। मृतक दा परिवार सदमे च है, जिस दे चलदे ओह कैमरे दे सामने कोई गल करन लई तैयार नहीं है अते रो रो बुरा हाल है। इस बाबत जानकारी दिंदिआं सिविल हस्पताल बटाला दे डॉक्टर साहिल कुमार अते पुलिस अधिकारी दा की कहना है आओ जानदे हां। ਇਹ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਨਾਲ ਇੱਕ ਆਇਆ ਸੀਗਾ ਪਰਸਨ ਕੁਲਵਿੰਦਰ ਕੌਰ ਨਾਮ ਸੀਗਾ, ਵਾਈਫ ਆਫ ਸੁਖਦੇਵ ਸਿੰਘ ਹੈਗਾ, ਰੈਜੀਡੈਂਟ ਸਿੰਬਲ ਚੌਂਕ ਦੇ ਰਹਿਣ ਵਾਲੇ ਨੇ ਅਤੇ 108 ਹੀ ਲੈ ਕੇ ਆਈ ਹੈ ਐਂਬੂਲੈਂਸ ਅਤੇ ਇਹ ਜੋ ਦੱਸਿਆ ਜਾ ਰਿਹਾ ਸਾਈਟ ਆਫ ਅਕਰੈਂਸ ਨੀਅਰ ਜੈਂਤੀਪੁਰ ਹੈਗੀ ਹੈ ਅਤੇ ਇਹ ਹੈੱਡ ਇੰਜਰੀ ਸੀਗੀ ਅਤੇ ਪੇਸ਼ ਬਰੋਡ ਡੈਡ ਸੀਗਾ ਇਹ ਪਰਸਨ ਜਿਹੜਾ ਸੀਗਾ ਜਦੋਂ ਆਇਆ ਸੀਗਾ ਉਦੋਂ ਹੀ ਬਰੋਡ ਡੈਡ ਸੀਗਾ, ਆਲਰੇਡੀ ਪੇਸ਼ੈਂਟ ਦੀ ਡੈਥ ਹੋ ਚੁੱਕੀ ਸੀਗੀ। ਕੋਈ ਜ਼ਖਮੀ ਨਹੀਂ ਸੀ ਨਾਮ ਤੋਂ? ਨਹੀਂ ਜ਼ਖਮੀ ਨਹੀਂ ਸੀਗਾ, ਕੋਈ ਨਹੀਂ ਸੀਗਾ। ਕੀ ਨਾਂ ਤੁਹਾਡਾ? ਮੇਰਾ ਨਾਂ ਏ ਐੱਸ ਆਈ ਸੁਖਵਿੰਦਰ ਸਿੰਘ ਹੈ ਜੀ, ਚੌਂਕੀ ਜੈਂਤੀਪੁਰ ਮੈਂ ਲੱਗਾ ਠਾਣਾ, ਮੇਰਾ ਕਿੱਥੋਂ ਨਿਕਲਿਆ ਜੀ? ਅੱਜ ਇਹ ਟਾਈਮ 5 ਵਜੇ ਤੱਕ 5 ਵਜੇ ਦੇ ਕਰੀਬ ਹੈਗਾ ਜੀ, ਇਹ ਬੇਟੀ ਅਤੇ ਇਹਦੀ ਮਾਤਾ ਆਉਂਦੇ ਆ ਅੰਮ੍ਰਿਤਸਰ ਵੱਲੋਂ ਐਕਟਿਵਾ ਸਕੂਟਰੀ 'ਤੇ, ਇੱਕ ਪੈਲਸ ਦੇ ਵਿੱਚ ਮੈਰਿਜ 'ਤੇ ਆਈ ਨਵਾਂ ਗੱਡੀ, ਨਵਾਂ ਗੱਡੀ ਜਦੋਂ ਨਿਕਲੀ ਉਹ ਨਵਾਂ ਗੱਡੀ ਨੇ ਸਾਈਡ ਮਾਰੀ ਆ ਅਤੇ ਦੋਵੇਂ ਜਿਹੜੀਆਂ ਡੇਪੀਆਂ ਲੇਡੀ ਜੀ ਦੇ ਇੱਕ ਦੇ ਸਿਰ 'ਚ ਸੱਟ ਲੱਗ ਗਈ ਆ ਅਤੇ ਬੇਟੀ ਬਚ ਗਈ, ਬੇਟੀ ਨੂੰ ਕੋਈ ਗੱਲ ਨਹੀਂ। ਗੱਡੀ ਨਵਾਂ ਗੱਡੀ ਵਿਆਹ ਮੈਰਿਜ ਦੇ ਵਿੱਚ ਆਈ। ਕੀ ਕਾਰਵਾਈ ਕੀਤੀ? ਕਾਰਵਾਈ ਅਸੀਂ ਡਏ ਜੀ ਉਹਦੇ ਕੈਮਰੇ ਡਏ ਹਾਂ ਵੇਖਣ, ਕੈਮਰੇ ਵੇਖ ਕੇ ਅਤੇ ਗੱਡੀ ਛੇਤੀ ਤੋਂ ਛੇਤੀ ਫੜ ਕੇ ਅਤੇ ਜਿਹੜੀ ਕਾਰਵਾਈ ਬਣੂ ਕਰਾਂਗੇ। ਕਿੰਨੇ ਡੈਥ ਹੋਈ? ਇੱਕ ਜਣੇ ਡੈਥ ਹੋਈ ਹੈ। ਐਕਸੀਡੈਂਟ ਚੌਂਕੀ ਦੇ ਸਾਹਮਣੇ ਜੈਂਤੀਪੁਰ। ਏਵਨ ਮੀਡੀਆ ਲਈ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ। ਬਟਾਲਾ ਨਜ਼ਦੀਕ ਇਨੋਵਾ ਕਾਰ ਅਤੇ ਐਕਟਿਵਾ ਵਿਚਕਾਰ ਹੋਈ ਜ਼ਬਰਦਸਤ ਟੱਕਰ। ਐਕਟਿਵਾ ਸਵਾਰ ਮਾਂ ਧੀ ਦੇ ਵਿੱਚੋਂ ਮਾਂ ਦੀ ਹੋਈ ਦਰਦਨਾਕ ਮੌਤ। ਅੰਮ੍ਰਿਤਸਰ ਬਟਾਲਾ ਨੈਸ਼ਨਲ ਹਾਈਵੇ ਤੇ ਵਾਪਰਿਆ ਵੱਡਾ ਹਾਦਸਾ। ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਬਟਾਲਾ ਨਜ਼ਦੀਕ ਜੈਨਤੇਪੁਰ ਪੁਲਿਸ ਚੌਂਕੀ ਦੇ ਸਾਹਮਣੇ ਦੇਰ ਸ਼ਾਮ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਬਟਾਲਾ ਦੀ ਰਹਿਣ ਵਾਲੀ ਮਾਂ ਅਤੇ ਧੀ ਜੋ ਕਿ ਅੰਮ੍ਰਿਤਸਰ ਤੋਂ ਆਪਣੀ ਐਕਟਿਵਾ ਤੇ ਸਵਾਰ ਹੋ ਕੇ ਬਟਾਲਾ ਵਾਪਸ ਆ ਰਹੀਆਂ ਸਨ ਕਿ ਅਚਾਨਕ ਬਟਾਲਾ ਦੇ ਨਜ਼ਦੀਕ ਹੀ ਮੈਰਿਜ ਪੈਲੇਸ ਚੋਂ ਨਿਕਲੀ ਤੇਜ਼ ਰਫ਼ਤਾਰ ਇਨੋਵਾ ਕਾਰ ਨਾਲ ਜ਼ਬਰਦਸਤ ਟੱਕਰ ਹੋ ਗਈ ਅਤੇ ਇਸ ਸੜਕ ਹਾਦਸੇ ਦੇ ਵਿੱਚ ਮਾਂ ਕੁਲਵਿੰਦਰ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਧੀ ਨੂੰ ਇਸ ਹਾਦਸੇ 'ਚ ਕੋਈ ਗੰਭੀਰ ਸੱਟ ਨਹੀਂ ਲੱਗੀ। ਇਸ ਹਾਦਸੇ ਨੂੰ ਅੰਜਾਮ ਦੇਣ ਵਾਲੀ ਇਨੋਵਾ ਗੱਡੀ ਮੌਕੇ ਤੋਂ ਫਰਾਰ ਹੋ ਗਈ। ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ, ਜਦਕਿ ਮਾਮਲਾ ਦਰਜ ਕੀਤਾ ਗਿਆ ਅਤੇ ਮ੍ਰਿਤਕ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਟਾਲਾ 'ਚ ਕਰਵਾਇਆ ਜਾ ਰਿਹਾ। ਉੱਥੇ ਹੀ ਮ੍ਰਿਤਕ ਔਰਤ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਆਪਣੇ ਘਰ ਪਰਿਵਾਰ ਖਰਚ ਚਲਾਉਣ ਲਈ ਘਰ 'ਚ ਕਮਾਉਣ ਵਾਲੇ ਇਕੱਲੇ ਕੁਲਵਿੰਦਰ ਕੌਰ ਹੀ ਸੀ ਅਤੇ ਉਹ ਕਈ ਸਾਲਾਂ ਤੋਂ ਇੱਕ ਨਿੱਜੀ ਸਕੂਲ 'ਚ ਨੌਕਰੀ ਕਰਦੀ ਸੀ।
ਮ੍ਰਿਤਕ ਦਾ ਪਰਿਵਾਰ ਸਦਮੇ ਚ ਹੈ ਜਿਸ ਦੇ ਚਲਦਿਆਂ ਉਹ ਕੈਮਰੇ ਦੇ ਸਾਹਮਣੇ ਕੋਈ ਗੱਲ ਕਰਨ ਲਈ ਤਿਆਰ ਨਹੀਂ ਹੈ ਅਤੇ ਰੋ ਰੋ ਬੁਰਾ ਹਾਲ ਹੈ। ਇਸ ਬਾਬਤ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਬਟਾਲਾ ਦੇ ਡਾਕਟਰ ਸਾਹਿਲ ਕੁਮਾਰ ਅਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਆਓ ਜਾਣਦੇ ਹਾਂ। ਇਹ ਸਾਡੇ ਕੋਲ ਰੋਡ ਸਾਈਡ ਐਕਸੀਡੈਂਟ ਨਾਲ ਇੱਕ ਆਇਆ ਸੀਗਾ ਪਰਸਨ, ਕੁਲਵਿੰਦਰ ਕੌਰ ਨਾਮ ਸੀਗਾ, ਵਾਈਫ ਆਫ ਸੁਖਦੇਵ ਸਿੰਘ ਹੈਗਾ, ਰੈਜੀਡੈਂਟ ਸਿੰਬਲ ਚੌਂਕ ਦੇ ਰਹਿਣ ਵਾਲੇ ਨੇ, ਅਤੇ 108 ਹੀ ਲੈ ਕੇ ਆਈ ਹੈ ਐਂਬੂਲੈਂਸ, ਅਤੇ ਇਹ ਜੋ ਦੱਸਿਆ ਜਾ ਰਿਹਾ ਸਾਈਟ ਆਫ ਅਕਰੈਂਸ ਨੀਅਰ ਜੈਂਤੀਪੁਰ ਹੈਗੀ ਹੈ, ਅਤੇ ਇਹ ਹੈੱਡ ਇੰਜਰੀ ਸੀਗੀ ਅਤੇ ਪੇਸ਼ ਬਰੋਡ ਡੈਡ ਸੀਗਾ ਇਹ ਪਰਸਨ ਜਿਹੜਾ ਸੀਗਾ, ਜਦੋਂ ਆਇਆ ਸੀਗਾ ਉਦੋਂ ਹੀ ਬਰੋਡ ਡੈਡ ਸੀਗਾ, ਆਲਰੇਡੀ ਪੇਸ਼ੈਂਟ ਦੀ ਡੈਥ ਹੋ ਚੁੱਕੀ ਸੀਗੀ। ਕੋਈ ਜ਼ਖਮੀ ਨਹੀਂ ਸੀ ਨਾਮ ਨਹੀਂ ਜ਼ਖਮੀ ਨਹੀਂ ਸੀਗਾ, ਕੋਈ ਨਹੀਂ ਸੀਗਾ। ਕੀ ਨਾਂ ਤੁਹਾਡਾ? ਮੇਰਾ ਨਾਂ ਐਸਆਈ ਸੁਖਵਿੰਦਰ ਸਿੰਘ ਹੈ, ਚੌਂਕੀ ਜੈਂਤੀਪੁਰ, ਮੈਂ ਲੱਗਾ ਠਾਣਾ, ਮੇਰਾ ਕਿੱਥੋਂ ਨਿਕਲਿਆ ਜੀ? ਅੱਜ ਇਹ ਟਾਈਮ 5 ਵਜੇ ਦੇ ਕਰੀਬ ਹੈਗਾ ਜੀ, ਇਹ ਬੇਟੀ ਅਤੇ ਇਹਦੀ ਮਾਤਾ ਆਉਂਦੇ ਆ ਅੰਮ੍ਰਿਤਸਰ ਵੱਲੋਂ ਐਕਟਿਵਾ ਸਕੂਟਰੀ 'ਤੇ, ਇੱਕ ਪੈਲਸ ਦੇ ਵਿੱਚ ਮੈਰਿਜ 'ਤੇ ਆਈ ਨਵਾਂ ਗੱਡੀ, ਨਵਾਂ ਗੱਡੀ ਜਦੋਂ ਨਿਕਲੀ ਉਹ ਨਵਾਂ ਗੱਡੀ ਨੇ ਸਾਈਡ ਮਾਰੀ ਆ, ਅਤੇ ਦੋਵੇਂ ਜਿਹੜੀਆਂ ਡੇਪੀਆਂ ਲੇਡੀ ਜੀ ਦੇ ਇੱਕ ਦੇ ਸਿਰ 'ਚ ਸੱਟ ਲੱਗ ਗਈ ਆ, ਅਤੇ ਬੇਟੀ ਬਚ ਗਈ, ਬੇਟੀ ਨੂੰ ਕੋਈ ਗੱਲ ਨਹੀਂ। ਗੱਡੀ ਨਵਾਂ ਗੱਡੀ, ਵਿਆਹ ਮੈਰਿਜ ਦੇ ਵਿੱਚ ਆਈ। ਕੀ ਕਾਰਵਾਈ ਕੀਤੀ? ਕਾਰਵਾਈ ਅਸੀਂ ਡਏ ਜੀ ਉਹਦੇ ਕੈਮਰੇ ਡਏ ਹਾਂ ਵੇਖਣ, ਕੈਮਰੇ ਵੇਖ ਕੇ ਅਤੇ ਗੱਡੀ ਛੇਤੀ ਤੋਂ ਛੇਤੀ ਫੜ ਕੇ ਅਤੇ ਜਿਹੜੀ ਕਾਰਵਾਈ ਬਣੂ ਕਰਾਂਗੇ। ਇੱਕ ਜਣੇ ਡੈਥ ਹੋਈ ਹੈ, ਐਕਸੀਡੈਂਟ ਚੌਂਕੀ ਦੇ ਸਾਹਮਣੇ ਜੈਂਤੀਪੁਰ। ਏਵਨ ਮੀਡੀਆ ਲਈ ਬਟਾਲਾ ਤੋਂ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਖਾਸ ਰਿਪੋਰਟ।